ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਛੋਟੀ ਵੱਡੀਆਂ ਖਬਰਾਂ ਦੇਣ ਵਾਸਤੇ ਸਾਂਝਾ। ਮੇਰਾ ਨਾਮ ਜੀ ਮਨਜੀਤ ਸਿੰਘ ਹੈ ਜੀ। ਦੇਖੋ ਜਿਵੇਂ ਹਾਲ ਗੇੜੇ ਦੇ ਖੁਦ ਤੁਹਾਨੂੰ ਪਤਾ ਵੀ ਹੈਗਾ ਕਿੰਨੀ ਟ੍ਰੈਫਿਕ ਹੈਗੀ, ਕੋਈ ਪੁਲਿਸ ਵਾਲਾ ਨਹੀਂ ਹੈਗਾ, ਕੋਣ ਪੁਲਿਸ ਵੀ ਆਣ ਲੱਗ ਪਈ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਮੈਨੂੰ ਅੱਧਾ ਘੰਟਾ ਖੁਦ ਰੋਕ ਜੀ, ਨਾ ਕੋਈ ਟ੍ਰੈਫਿਕ ਲਾ ਦਿੱਤਾ, ਨਾ ਕੋਈ ਪੁਲਿਸ ਕੋਈ ਨਹੀਂ ਰਹਿ ਚੇ ਤੇ ਲੋਕ ਪਰੇਸ਼ਾਨ ਹੋ ਰਹੇ ਆ। ਮਗਰੇ ਚੰਗੀ ਜੀ ਆ ਰਹੀ ਨਾ, ਕਿੰਨੀ ਟ੍ਰੈਫਿਕ ਹੈਗੀ ਹੈ? ਬਹੁਤ ਜ਼ਿਆਦਾ ਪਰੇਸ਼ਾਨੀ ਜੀ, ਬਹੁਤ ਜ਼ਿਆਦਾ ਪਰੇਸ਼ਾਨੀ ਆ। ਲੋਕ ਤੇ ਇੱਕ ਜਿਹੜਾ ਲੰਡਾ ਆ ਤੇ ਕੋਈ ਇਹ ਮਸਲਾ ਹੀ ਕਰੂਗਾ, ਧਿਆਨ ਹੀ ਨਹੀਂ ਪ੍ਰਸ਼ਾਸਨ ਦਾ ਕੋਈ, ਇਸ ਬਾਰੇ ਪ੍ਰਸ਼ਾਸਨ ਨੂੰ ਚਾਹੀਦਾ ਇਸ ਬਾਰੇ ਥੋੜ੍ਹਾ ਜਿਹਾ ਸੁਚੇਤ ਹੋਵੇ ਔਰ ਚੰਗਾ ਪ੍ਰਬੰਧ ਹੋਵੇ ਹੋਵੇ। ਆਖਰ ਸੈਲਾਨੀ ਆਉਂਦੇ ਆ, ਨਜ਼ਦੀਕ ਦਰਬਾਰ ਸਾਹਿਬ ਰਸਤਾ ਹੈ, ਪਰੇਸ਼ਾਨੀ ਤਾਂ ਬਹੁਤ ਜ਼ਿਆਦਾ ਆ ਰਹੀ। ਮਗਰ ਜਿਵੇਂ ਜਗੋਈ ਗੁਰਪ੍ਰੀਤ ਜੀ ਭੁੱਲਰ ਜੀ ਆਏ ਨੇ ਕਮਿਸ਼ਨਰ ਸਾਹਿਬ, ਉਹਨਾਂ ਨੇ ਕਿਹਾ ਕਿ ਜਿਹੜੀਆਂ ਹੈਗੀਆਂ ਸੜਕਾਂ ਸੁੜਕਾਂ ਬਿਲਕੁਲ ਸਾਫ਼ ਹੋਣੀਆਂ ਚਾਹੀਦੀਆਂ, ਟ੍ਰੈਫਿਕ ਨਹੀਂ ਹੋਣੀ ਚਾਹੀਦੀ, ਮਗਰ ਉਹਨਾਂ ਦੇ ਰੂਲ ਵੀ ਤੋੜੇ ਜਾ ਰਹੇ ਨੇ, ਕੋਈ ਪੁਲਿਸ ਵਾਲਾ ਖੜਾ ਤਾਂ ਹੁੰਦਾ ਨਹੀਂ, ਹੁਣ ਜੇ ਟ੍ਰੈਫਿਕ ਜ਼ਿਆਦਾ ਹੁੰਦੀ ਉਹ 4-5 ASI ਆ ਜਾਂਦੇ ਆ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਉਹ ਸਭ ਕਹਿਣ ਦੀਆਂ ਗੱਲਾਂ ਜੀ, ਅਤੇ ਅਮਲੀ ਤੌਰ 'ਤੇ ਕੁਛ ਵੀ ਨਹੀਂ ਹੋ ਰਿਹਾ। ਹਾਂਜੀ, ਬਾਕੀ ਜਦੋਂ ਮਾੜਾ ਜਿਹਾ ਰੌਲਾ ਪੈਂਦਾ ਥੋੜ੍ਹਾ ਜਿਹਾ, ਉਦੋਂ ਮੁਲਾਜ਼ਮ ਆ ਜਾਂਦੇ ਆ, ਮੁੜ ਕੇ ਫਿਰ ਉੱਥੇ ਉੱਥੇ ਹੀ ਗੱਲ ਨਹੀਂ ਕਰਦੇ। ਹਾਂਜੀ, ਮਗਰ ਜਿਵੇਂ ਤੁਸੀਂ ਅੱਜ ਦੇ ਦਿਨ ਲੋਕਾਂ ਨੂੰ ਕੀ ਮੈਸੇਜ ਦਿਓਗੇ ਕਿ ਹਾਲ ਗੇਟ ਜਿੰਨੀ ਟ੍ਰੈਫਿਕ ਹੈ ਇਹ ਕਿੰਨੇ ਤੱਕ ਹੋ ਜਾਏਗੀ? ਇਹ ਜਿੰਨਾ ਚਿਰ ਟ੍ਰੈਫਿਕ ਦੇ ਰੂਲ ਜਨਤਾ ਨੂੰ ਚਾਹੀਦਾ ਵੀ ਥੋੜ੍ਹਾ ਜਿਹਾ ਇਸ ਬਾਰੇ ਖਿਆਲ ਕਰਨਾ, ਰੂਲ ਨਾ ਤੋਂ ਰੂਲ ਦੇ ਮੁਤਾਬਕ ਚੱਲਣ, ਕੁਛ ਸ਼ਾਇਦ ਥੋੜ੍ਹਾ ਜਿਹਾ ਫਰਕ ਪੈ ਜੂ, ਜਨਤਾ ਵੀ ਖਰਾਬ ਕਰਦੀ, ਰੂਲ ਤੋੜ ਜਾਂਦੇ ਅੱਗੇ ਨਿਕਲਦੇ ਨਾ। ਭੁੱਲਰ ਵੀ ਆਏ ਨੇ ਕਮਿਸ਼ਨਰ ਸਾਹਿਬ ਵਗੈਰਾ, ਕਮਿਸ਼ਨਰ ਸਾਹਿਬ ਨੇ ਕਿਹਾ ਕਿ ਟ੍ਰੈਫਿਕ ਸਾਫ਼ ਹੋਣੀ ਚਾਹੀਦੀ ਹੈ ਵਗੈਰਾ, ਟ੍ਰੈਫਿਕ ਦੀ ਕੋਈ ਪੁਲਿਸ ਵਾਲਾ ਦਹਾਈ ਨਹੀਂ ਦੇ ਰਿਹਾ, ਤੁਸੀਂ ਦੇਖਦੇ ਪਏ ਹੋ ਕਿਵੇਂ ਵਾਹਨ ਲੱਗੇ ਹੋਏ ਨੇ ਵਗੈਰਾ, ਦੇਖੋ ਰਸਤੇ ਰੁਕੇ ਹੋਏ ਨੇ, ਹਾਲਗੇਟ ਚੌਂਕ ਦੇ ਵਿੱਚ ਵੇਖਦੇ ਹੋ ਗੁਰਕਤਾਰੇ ਕੋਲ। ਕਿੰਨੀ ਟ੍ਰੈਫਿਕ ਹੈਗੀ ਹੈ? ਤੁਸੀਂ ਦੇਖਦੇ ਪਏ ਹੋ ਟ੍ਰੈਫਿਕ ਵਿੱਚ, ਦੇਖੋ ਕਿੰਨੀ ਦੇਖੋ ਹਾਲ ਗੇਟ ਬਾਅਦ ਲੋਕ ਕਲਪਦੇ ਪਏ ਨੇ, ਮਗਰ ਜਿਵੇਂ ਤੁਸੀਂ ਦੇਖਦੇ ਪਏ ਹੋ ਇਹਦੇ ਲੁੱਕ ਪੈ ਰਹੀ ਹੈ ਵਗੈਰਾ, ਰਸਤਾ ਬੰਦ ਕੀਤਾ ਗਿਆ, ਲੋਕ ਰੋਂਗ ਸਾਈਡ ਤੋਂ ਆ ਰਹੇ ਨੇ ਵਗੈਰਾ, ਤੁਸੀਂ ਦੇਖਦੇ ਪਏ ਹੋ ਅਤੇ ਪਰੇਸ਼ਾਨ ਹੋ ਰਹੇ ਨੇ, ਦੇਖਦੇ ਪਏ ਹੋ ਤੁਸੀਂ ਭਾਈ, ਫਿਰ ਬਿਆਨ ਦਿਓਗੇ ਬੋਲੋਗੇ? ਐਸਆਈ ਆਏ ਨੇ ਹੁਣ ਟ੍ਰੈਫਿਕ ਸਹੀ ਕਰ ਰਹੇ ਨੇ, ਪਹਿਲੇ ਕਿ ਸੁੱਤੇ ਹੋਏ ਸੀ, ਤੁਸੀਂ ਖੁਦ ਵੇਖ ਲਓ ਕਿੰਨੀ ਟ੍ਰੈਫਿਕ ਹੈ, ਕਿੰਨੀ ਜਗ੍ਹਾ ਹਾਲਾਤ। ਪਹਿਲੇ ਬੈਰਿੰਗ ਵੀ ਖੋਲ੍ਹੇ ਗਏ ਸੀ ਹੁਣ ਬੰਦ ਕਰਤੇ ਗਏ ਨੇ, ਵਗੈਰਾ ਵੀ ਦੇਖ ਲਓ ਕਿੰਨੀ ਟ੍ਰੈਫਿਕ ਹੈਗੀ ਹੈ, ਹੁਣ ਦੇਖੋ ਜੀ ASI ਟ੍ਰੈਫਿਕ ਪੁਲਿਸ ਵਾਲੇ ਸਹੀ ਗੱਡੀਆਂ ਕਢਾ ਰਹੇ ਨੇ, ਪਹਿਲੇ ਦੇ ਦੇਖੋ ਕਿੰਨਾ ਰਸ਼ ਹੈਗਾ ਸੀ, ਤੁਸੀਂ ਖੁਦ ਵੇਖਦੇ ਪਏ ਹੋ ਕਿੰਨਾ ਰਸ਼ ਹੈਗਾ ਸੀ, ਹੁਣ ਸਾਰੀ ਟ੍ਰੈਫਿਕ ਖੁੱਲ੍ਹ ਗਈ ਹੈ, ਤੁਸੀਂ ਦੇਖਦੇ ਪਏ ਹੋ। ਦੇਖੋ ਕਿੰਨੀ ਮਿਹਨਤ ਕਰਦੇ ਪਏ ਆ ASI ਟ੍ਰੈਫਿਕ ਪੁਲਿਸ, ਹੁਣ ਦੇਖੋ ਆ ਕੇ ਟ੍ਰੈਫਿਕ ਨਿਗਾ ਰਹੇ ਨੇ, ਤੁਸੀਂ ਖੁਦ ਵੇਖਦੇ ਪਏ ਹੋ। ਦੇਖਦੇ ਪਏ ਹੋ ਹਾਲ ਕੇ ਬੈਰਿੰਗ ਲਗਾ ਕੇ, ਦੇਖੋ ਟ੍ਰੈਫਿਕ ਕਿੰਨੀ,
बुरा लोग कह रहे हैं बड़ा बुरा हाल है ट्रैफिक का बहुत बुरा हाल है बुरा हाल है देखो खुद भेजते पे हो रोंगदार तो लोग लंघते पे ने कोई भी गेट के कोई भी ASI का कोई पुलिस इलाका वगैरह भी ट्रैफिक वाल भेजते पे हो ਹਾਲ ਗੇਟ ਵਿੱਚ ਕਿੰਨੀ ਟ੍ਰੈਫਿਕ ਹੈਗੀ ਦੇਖਦੇ ਪਏ ਉਹਦੀ ਵਗੈਰਾ ਚੰਗੀ ਤਰ੍ਹਾਂ ਹੈਲੋ